ਔਰ ਵੱਡੀ ਗੱਲ ਹੈ ਵੀ ਇੱਥੇ ਇਹਨੇ ਡਾਕਟਰ ਸਹਿਬਾਨਾਂ ਵੱਲੋਂ ਬਿਲਕੁਲ ਫਰੀ ਕਿਉਂਕਿ ਘੱਟੋ-ਘੱਟ ਇੱਕ ਡਾਕਟਰ ਕੋਈ ਆਪਾਂ ਐਮਡੀ ਲੈਨ ਦਾ ਡਾਕਟਰ ਲੈਣਾ ਹੋਵੇ ਤਾਂ ਘੱਟੋ-ਘੱਟ 1.5 ਲੱਖ ਤੋਂ ਜਿੰਨੇ ਵੀ ਡਾਕਟਰ ਮੈਂ ਲੈ ਰਿਆ ਮਿਨੀਮਮ 1.5 ਲੱਖ ਤੋਂ ਘੱਟ ਡਾਕਟਰ ਨਹੀਂ ਹੁੰਦਾ ਔਰ ਹਫਤੇ 10 ਦਿਨ ਬਾਅਦ ਸਾਡੇ ਕੋਲ ਲੇਜ਼ਰ ਮਸ਼ੀਨ ਆਣ ਵਾਲੀ ਡੈਂਟਲ ਦੀ ਬੋਪਾਲ ਵਿੱਚ ਜੋ ਚਾਰ ਹੀ ਮਸ਼ੀਨ ਲੱਗੀ ਹੋਈਆਂ ਅਜੇ ਤੱਕ ਅਸੀਂ 5th ਮਸ਼ੀਨ ਲਾਂਚ ਕਰਨ ਜਾ ਰਹੇ ਹਾਂ ਲੇਜ਼ਰ ਨਾਲ ਡੈਂਟਲ ਟ੍ਰੀਟਮੈਂਟ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੋਪਾਲ ਸ਼ਹਿਰ ਦੇ ਵਿੱਚ ਖੜ ਔਰ ਜਿੱਥੇ ਇਸ ਦਸਤਾਰ ਨੂੰ ਬਹੁਤ ਉੱਚਾ ਇੱਕ ਸੰਸਥਾ ਦੇ ਵੱਲੋਂ ਕੀਤਾ ਜਾ ਰਿਹਾ ਗੁਰੂ ਨਾਨਕ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਸ ਸਿਧਾਂਤ ਨੂੰ ਸੇਵਾ ਨੂੰ ਜੋ ਸਤਗੁਰੂ ਭਾਸ਼ਾ ਸਾਨੂੰ ਸਿਖਾਈਆਂ ਅੱਜ ਮੈਂ ਜਿਸ ਸੰਸਥਾ ਦੇ ਵਿੱਚ ਖੜਿਆ ਹਾਂ ਗੁਰੂ ਨਾਨਕ ਚੈਰੀਟੇਬਲ ਮੈਡੀਕਲ ਸੈਂਟਰ ਭੋਪਾਲ ਦੇ ਵਿੱਚ ਇਹ ਸੰਸਥਾ ਹੈ ਮੇਰੇ ਨਾਲ ਭਾਈ ਅਪਜੀਤ ਸਿੰਘ ਜੀ ਮੇਰੇ ਨਾਲ ਖੜੇ ਹੋਏ ਨੇ ਇਥੇ ਕੀ ਕੁਝਾ ਉਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਾਂਗਾ ਜੁੜਨਾ ਜ਼ਰੂਰ ਹੈ ਇਸ ਸੰਸਥਾ ਨੂੰ ਸ਼ੁਰੂ ਕਰਨ ਵਿੱਚ ਜੋ ਫਾਊਂਡਰ ਸੀ ਉਹ ਸੀ ਡਾਕਟਰ ਸੰਤੋਖ ਸਿੰਘ ਜੀ ਔਰ ਜਦੋਂ ਉਹ ਇੱਥੇ ਆਏ ਨੇ ਉਹਨਾਂ ਨੇ ਸੰਸਥਾ ਸ਼ੁਰੂ ਕੀਤੀ ਇੱਕ ਹੋਮੋਪੈਥੀ ਤੋਂ ਔਰ ਲਗਾਤਾਰ 10 ਸਾਲ ਇਹ ਹੋਮੋਪੈਥੀ ਸੇਵਾ ਚੱਲੀ ਉਹ ਆਪ ਸੇਵਾਵਾਂ ਨਭਾਉਂਦੇ ਰਹੇ ਉਸ ਤੋਂ ਬਾਅਦ ਅੱਜ ਉਹਨਾਂ ਦੇ ਪਰਿਵਾਰਕ ਜੀ ਵੀ ਡਾਕਟਰ ਮਨਵੀਰ ਸਿੰਘ ਉਹਨਾਂ ਦੇ ਪਰਿਵਾਰ ਤੋਂ ਆਈ ਸਪੈਸ਼ਲਿਸਟ ਤੇ ਉਹ ਇਸ ਸੈਂਟਰ ਦੇ ਵਿੱਚ ਮੈਡੀਕਲ ਸੈਂਟਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਉਹ ਡਾਕਟਰ ਸੰਤੋਖ ਸਿੰਘ ਜੀ ਉਹ ਸ਼ਖਸੀਅਤ ਸਨ ਜਿਨ੍ਹਾਂ ਨੇ ਇੱਥੇ ਤਾਂ ਉਹ ਫਾਊਂਡਰ ਨੇ ਪਰ ਜਦੋਂ ਸਿਕ ਸਟੂਡੈਂਟ ਫੈਡਰੇਸ਼ਨ ਜਿਹੜੀ ਆ ਜਿਹਨੂੰ ਜੁਝਾਰੂ ਯੋਧਿਆਂ ਦੇ ਵਿੱਚ ਵੀ ਯਾਦ ਕੀਤਾ ਜਾਂਦਾ ਹੈ ਤੇ ਉਦੋਂ ਜਦੋਂ ਲਾਹੌਰ 'ਚ ਸ਼ੁਰੂ ਕੀਤੀ ਗਈ ਉਦੋਂ ਉਹਦੇ ਫਾਊਂਡਰ ਜਿਹੜੇ ਨੇ ਨਾਲ ਡਾਕਟਰ ਸੰਤੋਖ ਸਿੰਘ ਜੀ ਸਨ ਜਿੱਥੇ ਮੈਂ ਖੜਿਆ ਹੋਇਆ ਹਾਂ ਮੈਂ ਬਰੀਕੀਆਂ ਗੱਲਾਂ ਬਾਤਾਂ ਤੁਹਾਨੂੰ ਵੀਰ ਅਪਜੀਤ ਸਿੰਘ ਦੱਸਣੀਆਂ ਨੇ ਇੱਥੇ ਕਿੰਨਾ ਕੁਝ ਹੁੰਦਾ ਹੈ ਮੈਂ ਬਹੁਤ ਵਿਚਰਿਆ ਬੜਾ ਘੁੰਮਿਆ ਪਰ ਜਿਸ ਪੱਧਰ ਤੇ ਸਾਡੇ ਸਿੱਖ ਸੰਸਥਾ ਵੱਲੋਂ ਪੁਪਾਲ ਦੇ ਵਿੱਚ ਇਹ ਕੰਮ ਕੀਤਾ ਜਾ ਰਿਹਾ ਕਿਉਂਕਿ ਮੇਰੇ ਨਾਲ ਵੀਰ ਜਸਵਿੰਦਰ ਸਿੰਘ ਜੀ ਵਿੱਕੀ ਨਾਲ ਖੜੇ ਹੋਏ ਨੇ ਜੋ ਇਸ ਸੰਸਾ ਦੇ ਵਿੱਚ ਪੁਰਾਣੇ ਸਮੇਂ ਤੋਂ ਇੱਥੇ ਇਹ ਸੇਵਾਵਾਂ ਜਿਹੜੀਆਂ ਨੇ ਨਭਾਉਂਦੇ ਪਏ ਨੇ ਸਿੰਘ ਸੁਭਾਵਾਂ ਵਿੱਚ ਸੇਵਾਵਾਂ ਨਭਾਉਂਦੇ ਪਏ ਨੇ ਵੱਡੀ ਗੱਲ ਇੱਥੇ ਹੈ ਵੀ ਇੱਥੇ ਆ ਮੈਨੂੰ ਲਿਖਣਾ ਪਿਆ ਵੀ ਇੱਥੇ ਹਾਰਟ ਦੇ ਸਕਿਨ ਦੇ ਚਾਈਲਡ ਦੇ ਅੱਖਾਂ ਦੇ ਐਮ ਡੀ ਮੈਡੀਕਲ ਮੈਡੀਸਨ ਦੇ ਉਸ ਤੋਂ ਬਾਅਦ ਔਰਥੋ ਦੇ ਗਾਇਨੀ ਦੇ ਚੈਸਟ ਦੇ ਬੀ ਡੀ ਐਸ ਦੰਦਾਂ ਦੇ ਫਿਜ਼ੀਓਥੈਰੇਪਿਸਟ ਪੈਥੋਲੋਜੀ ਤੇ ਹੋਰ ਬੜਾ ਕੁਝ ਮੇਰੇ ਕੋਲ ਸ਼ਾਇਦ ਨਾਮ ਰਹਿ ਜਾਣਗੇ ਇੱਥੇ ਇਹ ਸਾਰੇ ਡਾਕਟਰ ਬੈਠਦੇ ਨੇ ਔਰ ਵੱਡੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਜਿੰਨੇ ਤੁਹਾਨੂੰ ਇਹ ਬੋਲੀਆਂ ਬਿਮਾਰੀਆਂ ਜਾਂ ਸਰੀਰ ਨਾਲ ਸੰਬੰਧਿਤ ਡਾਕਟਰਾਂ ਦੇ ਮੈਂ ਦੱਸੇ ਨੇ ਤਾਂ ਇਹ ਜਿੰਨੇ ਡਾਕਟਰ ਬੰਦੇ ਨੇ ਇਹ ਇੱਕ ਰੁਪਈਆ ਵੀ ਇੱਥੋਂ ਨਹੀਂ ਲੈਂਦੇ ਬਿਲਕੁਲ ਫ੍ਰੀ ਸੇਵਾਵਾਂ ਕਰਦੇ ਨੇ ਹੁਣੇ ਹੁਣੇ ਤੁਸੀਂ ਇਸ ਵੀਡੀਓ ਦੇਖ ਰਹੇ ਹੋਵੋਗੇ ਮੈਂ ਇੱਥੇ BDS MDS ਡਾਕਟਰ ਸਾਹਿਬ ਨੇ ਮੈਂ ਇੱਥੇ ਨਾਲ ਕੋਲ ਪਹੁੰਚਿਆ ਔਰ ਇਹਨਾਂ ਦੇ ਪਤੀ ਡਾਕਟਰ ਜਗਪ੍ਰੀਤ ਸਿੰਘ ਜੀ ਉਹ ਫਿਜ਼ੀਓਥੈਰੇਪਿਸਟ ਨੇ ਉਹ ਇੱਥੇ 24 ਘੰਟੇ ਸਵਾ ਮ ਨਭਉਂਦੇ ਨੇ ਪਲਸ ਨਾਲ ਕੋ ਕਾਲਜ ਦੇ ਵਿੱਚ ਪ੍ਰੋਫੈਸਰ ਨੇ ਇਹ ਉਹਨਾਂ ਦੇ ਮਿਸਿਸ ਨੇ ਤੇ ਡਾਕਟਰ ਸਰਵਜੀਤ ਕੌਰ ਔਰ ਦੱਸਦੇ ਸੀ ਵੀ ਮੇਰੇ ਫਾਦਰ ਮੈਨੂੰ ਡਾਕਟਰ ਸਬਰਜੀਤ ਕੌਰ ਕਹਿ ਕੇ ਬੁਲਾਉਂਦੇ ਸੀ ਔਰ ਵਾਕਈ ਉਹ ਨਾਮ ਇਹਨਾਂ ਨੇ ਸਿੱਧ ਕਰਕੇ ਵਿਖਾਇਆ ਵੀ ਤਿੰਨ ਦਿਨ ਇੱਥੇ ਸੇਵਾ ਦਿੰਦੇ ਨੇ ਔਰ ਚਾਰ ਦਿਨ ਆਪਣੇ ਘਰ ਰਹਿੰਦੇ ਨੇ ਪ੍ਰਾਈਵੇਟ ਜੌਬ ਨਹੀਂ ਕਰਦੇ ਕਹਿੰਦੇ ਆਨੰਦ ਨਹੀਂ ਹੁੰਦਾ ਸਕੂਨ ਨਹੀਂ ਮਿਲਦਾ ਔਰ ਵੱਡੀ ਗੱਲ ਹੈ ਵੀ ਇੱਥੇ ਇਹਨੇ ਡਾਕਟਰ ਸਾਹਿਬਾਨਾਂ ਵੱਲੋਂ ਬਿਲਕੁਲ ਫਰੀ ਕਿਉਂਕਿ ਘੱਟੋ-ਘੱਟ ਇੱਕ ਡਾਕਟਰ ਕੋਈ ਆਪਾਂ ਐਮ ਡੀ ਲੈਣ ਦਾ ਡਾਕਟਰ ਲੈਣਾ ਹੋਵੇ ਤਾਂ ਘੱਟੋ ਘੱਟ 1.5 ਲੱਖ ਤੋਂ ਜਿੰਨੇ ਵੀ ਡਾਕਟਰ ਮੈਂ ਲੈ ਰਿਹਾ ਮਿਨੀਮਮ 1.5 ਲੱਖ ਤੋਂ ਘੱਟ ਡਾਕਟਰ ਨਹੀਂ ਹੁੰਦਾ ਔਰ ਇੱਥੇ ਇਸ ਸਮੇਂ 12-15 ਵਰਲਡ ਦੇ ਮਤਲਬ ਜਿਹੜੇ ਵਰਲਡ ਤੋਂ ਜਿਨ੍ਹਾਂ ਨੇ ਪੜ੍ਹਾਈਆਂ ਕੀਤੀਆਂ ਨੇ ਵਿਦੇਸ਼ਾਂ ਤੋਂ ਪੜ੍ਹਾਈਆਂ ਕੀਤੀਆਂ ਨੇ ਉਹ ਡਾਕਟਰ ਸਾਹਿਬ ਇੱਥੇ ਸੇਵਾਵਾਂ ਜਿਹੜੀਆਂ ਨੇ ਆਪਣੀਆਂ ਦੇ ਰਹੇ ਨੇ ਬਿਲਕੁਲ ਫ੍ਰੀ ਆਫ ਕੋਸਟ ਔਰ ਇੱਥੇ ਜਿਹੜੇ ਟੈਸਟ ਹੁੰਦੇ ਨੇ ਜਿਵੇਂ ਮਾਰੇ ਗੱਲ ਕਰਦੇ ਆ ਸੀਟੀ ਸਕੈਨ ਦੀ ਗੱਲ ਕਰਦੇ ਆ ਤੇ ਉਸ ਤੋਂ ਬਾਅਦ ਸੋਨੋਗ੍ਰਾਫੀ ਦੀ ਗੱਲ ਕਰਦੇ ਆਪਾਂ ਤੇ ਇਹ ਜਿੰਨੇ ਵੀ ਟੈਸਟ ਵੱਡੇ ਵੱਡੇ ਟੈਸਟ ਜਿਹੜੇ ਬਾਜ਼ਾਰ 'ਚ 10-10 ਹਜ਼ਾਰ ਦੇ ਹੁੰਦੇ ਇੱਥੇ 50% ਲੈਸ ਤੇ ਉਹ ਟੈਸਟ ਕੀਤੇ ਜਾਂਦੇ ਨੇ ਐਂਡੋਗ੍ਰਾਫੀ ਹੈ ਗਲੇ ਦੀ ਜਦੋਂ ਕਰਦੇ ਆਪਾਂ ਉਹਦੀ ਮਸ਼ੀਨਾਂ ਪਈਆਂ ਨੇ ਦੰਦਾਂ ਵਾਸਤੇ ਵੀ ਐਂਡੋਗ੍ਰਾਫੀ ਹੈ ਉਹਦੀਆਂ ਮਸ਼ੀਨਾਂ ਪਈਆਂ ਨੇ ਤੰਨਾਂ ਵਾਸਤੇ ਤੇ ਇੱਕ ਵੱਡੀ ਜਿਹੜੀ ਮੈਂ ਗੱਲਾਂ ਬਾਤਾਂ ਕਰਦਿਆਂ ਕਰਦਾ ਪਾ ਲੱਗਾ ਸਾਡੇ ਅਂਦੌਰ ਤੋਂ ਨੇ ਸਾਡੇ ਅਤੀ ਸਤਿਕਾਰਯੋਗ ਵੀਰ ਜੀ ਹਰਪਾਲ ਸਿੰਘ 파ਟਿਆ ਵੈਸੇ ਨਾਮ ਨਾਲ ਦਾ ਪਰ ਪਿਆਰ ਦਾ ਮੋਨੂ 파ਟਿਆ ਜੀ ਉਹਨਾਂ ਨੂੰ ਕਹਿੰਦੇ ਨੇ ਤੇ ਇੱਕ ਮਸ਼ੀਨ ਜਿਹੜੀ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਇਹ ਮਸ਼ੀਨ ਹੁਣੇ ਸਾਢੇ 5 ਲੱਖ ਦੀ ਇਹ ਮਸ਼ੀਨ ਹੁੰਦੀ ਹੈ ਉਹਨਾਂ ਨੇ ਹੁਣੇ ਡੋਨੇਟ ਕੀਤੀ ਆ ਔਰ ਇਹ ਮਸ਼ੀਨ ਅਤ ਅਧੁਨਿਕ ਟੈਕਨੋਲੋਜੀ ਦੇ ਨਾਲ ਆ ਜਿਹਦੇ ਵਿੱਚ ਪਹਿਲਾਂ ਅਸੀਂ ਕੈਂਪ ਲਾਉਂਦੇ ਅੱਖਾਂ ਦੇ ਤਾਂ ਕਰਕੇ ਵੀ ਉਹ ਮਸ਼ੀਨ ਤੋਂ ਬਿਨਾ ਕਾਫੀ ਟਾਈਮ ਲੱਗਦਾ ਦਵਾਈ ਪਾ ਕੇ ਰੱਖੀ ਚੈੱਕ ਕਰੀਦਾ ਫਿਰ ਪਤਾ ਲੱਗਦਾ ਵੀ ਮੋਤੀ ਇਹ ਹੈ ਕਿ ਨਹੀਂ ਹੈ ਇਹ ਮਸ਼ੀਨ ਵਿਦਿਨ 10 ਤੋਂ 15 ਮਿੰਟਸ ਚੈੱਕ ਕਰ ਦੇਵੇ ਦੱਸ ਦਿੰਦੀ ਹੈ ਵੀ ਮੋਤੀ ਆ ਹੈ ਕਿ ਨਹੀਂ ਹੈ ਸੋ ਟਾਈਮ ਬਹੁਤ ਬਚਦਾ ਤੇ ਉਹਨਾਂ ਨੇ ਦਿੱਤੀ ਹੈ ਹੋਰ ਵੀ ਸੇਵਾਵਾਂ ਜਿਹੜੀਆਂ ਨੇ ਵੀਰ ਭਰਾ ਜਿਹੜੇ ਨੇ ਡੋਨੇਟ ਕਰਨ ਵਾਲੇ ਇੱਥੇ ਬਹੁਤ ਨੇ ਤੇ ਆਉ ਆਪਾਂ ਵੀਰ ਅਪਜੀਤ ਸਿੰਘ ਜੀ ਨਾਲ ਗੱਲ ਕਰਦੇ ਆਂ ਸੰਸਥਾ ਬਾਰੇ ਜਾਣਦੇ ਆਂ ਸੰਸਥਾ ਦੇ ਜਿਹੜੇ ਇੱਥੋਂ ਦੇ ਜ਼ਿੰਮੇਵਾਰ ਚਲੋ ਪ੍ਰਧਾਨ ਇੱਕ ਸ਼ਬਦ ਬਣਿਆ ਹੈ ਮੈਨੇਜਮੈਂਟ ਦਾ ਪਰ ਸਾਰੇ ਸੇਵਾਦਾਰ ਨੇ ਤੇ ਮੈਂ ਵੀਰ ਜੀ ਕਹਿੰਦੇ 24/7 ਇੱਥੇ ਸੇਵਾਵਾਂ ਨਿਭਾਉਂਦੇ ਨੇ ਤੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੱਸੋ ਵੀ ਇੱਥੋਂ ਦੀ ਤੁਹਾਡੀ ਮੈਨੇਜਮੈਂਟ ਦੇ ਵਿੱਚ ਇਸ ਸਮੇਂ ਜਿਹ ਪ੍ਰੈਜ਼ੀਡੈਂਟ ਕੌਣ ਹੈ ਸਾਡੇ ਹੁਣੇ ਪ੍ਰੈਜ਼ੀਡੈਂਟ ਜੇਪੀਐਸ ਅਰੋੜਾ ਸਰਦਾਰ ਜੁਗਿੰਦਰਪਾਲ ਸਿੰਘ ਅਰੋੜਾ ਸੇਵਾ ਨਿਭਾ ਰਹੇ ਹ ਤੁਸੀਂ ਮੈਂ ਟਾਈਮ ਨਹੀਂ ਦੱਸਿਆ ਇੱਥੇ ਕਿੰਨੇ ਟਾਈਮ ਤੋਂ ਸੇਵਾਵਾਂ ਚੱਲ ਰਹੀਆਂ ਨੇ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਆ ਕਿ ਕਿੰਨੇ ਸਾਲਾਂ ਤੋਂ ਇਹ ਤੁਸੀਂ ਸੇਵਾ ਚਲਾ ਰਹੇ ਹੋ 50 ਸਾਲ ਹੋ ਗਏ ਇਸ ਸੈਂਟਰ ਨੂੰ ਚਲਦੇ ਹੋ ਜੀ ਤੇ ਤੁਸੀਂ ਇੰਨਾ ਕੁਝ ਕਿਵੇਂ ਮੈਨੇਜ ਕਰਦੇ ਹੋ ਮੈਂ ਹੈਰਾਨ ਹੋ ਗਿਆ ਵੀ ਲਗਭਗ ਜਿਵੇਂ ਮੈਂ ਡਾਕਟਰਾਂ ਦੇ ਨਾਮ ਪੜਾਂ ਤਾਂ ਆ ਸਾਹਮਣੇ-ਸਾਹਮਣੇ ਮੇਰੇ ਥੱਲੇ 10 ਡਾਕਟਰਾਂ ਦੇ ਨਾਮ ਮੈਂ ਥੱਲੇ ਪੜ ਪਾ ਰਿਹਾ ਉੱਪਰ 8-10 ਫਟੋਕਟ 15-20 ਡਾਕਟਰ ਤੁਹਾਡੇ ਕੋਲ ਹੈਗੇ ਨੇ ਕਿਵੇਂ ਮੈਨੇਜ ਹੁੰਦਾ ਇਹ ਕਮੇਟੀ ਬਣੀ ਹੋਈ ਸਾਰੀ ਉਹ ਲੋਕੀ ਵੌਲੰਟੀਅਰ ਸੇਵਾ ਦਿੰਦੇ ਮੈਂ ਸੇਵਾ ਵਰ ਕਰਕੇ ਚੱਲ ਰਿਹਾ ਇਕੱਲੇ ਦੇ ਬਸ ਦੀ ਚੀਜ਼ ਨਹੀਂ ਹੈਗੀ ਸਾਡੇ ਕੋਲ 15-20 ਵੌਲੰਟੀਅਰ ਦੀ ਟੀਮ ਹੈਗੀ ਬਾਕੀ ਬੜੇ سارے ਲੋਕੀ ਵੌਲੰਟੀਅਰ ਸੇਵਾ ਦਿੰਦੇ ਉਸ ਕਰਕੇ ਇਹ ਸੈਂਟਰ ਅਜ ਤੱਕ ਚੱਲ ਰਿਹਾ ਹੈ ਤੇ ਤੁਸੀਂ ਦੇਖੋ ਕਿੱਡਾ ਬੀਡੀਐਸ ਦੇ ਆਪਾਂ ਹੁਣੇ ਇੱਕ ਦੇਖ ਕੇ ਆਏ ਆ ਇੱਕ ਜਵਲਪੁਰ ਤੋਂ ਬੇਟੀ ਸੀ ਉਹਦਾ 65000 ਰੁਪਏ ਦਾ ਖਰਚਾ ਸੀ ਤੇ ਚਲੋ ਤੁਹਾਡਾ 25000 ਖਰਚਾ ਤੁਹਾਡਾ ਆਇਆ ਕਿ ਤੁਹਾਡਾ ਆਪਣਾ ਹੈ ਔਰ ਤੁਸੀਂ ਫ੍ਰੀ ਕੀਤਾ ਔਰ ਇਦਾਂ ਦੇ ਟ੍ਰੀਟਮੈਂਟ ਵੀ ਤੁਸੀਂ ਇੱਥੇ ਦੇ ਰਹੇ ਹੋ ਤੇ ਇਹ ਜਿਹੜਾ ਵੀ ਕੋਈ ਲੋੜਵੰਦ ਜਿਵੇਂ ਤੁਹਾਡੇ ਕੋਲ ਆਉਂਦਾ ਜਿਵੇਂ ਤੁਸੀਂ ਅੱਖਾਂ ਦੇ ਆਪਰੇਟ ਵੀ ਲਗਾਤਾਰ ਕਰਾਉਂਦੇ ਹੋ ਮੁਚਿੱਟੇ ਮੋਤੀ ਇਹਦੇ ਤੇ ਇਹ ਕਿਵੇਂ ਕਵਰ ਅਪ ਜਿਵੇਂ ਉਹ ਤੁਸੀਂ 65 25000 ਦਾ ਖਰਚਾ ਇਹ ਕਿਵੇਂ ਕਵਰ ਅਪ ਕੀਤਾ ਇਹ ਆਪਣੇ ਸਿੱਖ ਭਰਾ ਬਾਕੀ ਲੋਕ ਅਦਰ ਦੈਨ ਸਿੱਖ ਬਹੁਤ ਸੇ ਲੋਕ ਇਸੇ ਡੋਨੇਸ਼ਨ ਦਿੰਦੇਗੇ ਇਹ ਸਾਰਾ ਕੰਮ ਡੋਨੇਸ਼ਨ ਤੇ ਹੀ ਚੱਲਦਾ ਹੈ ਸੈਂਟਰ ਵੀ ਡੋਨੇਸ਼ਨ ਤੇ ਚੱਲਦਾ ਹੈ ਸੈਂਟਰ ਵਿੱਚ ਰੈਗੂਲਰ ਮੈਂਬਰ ਹੈ ਜੋ ਇਅਰਲੀ ਕੁਝ ਲੋਕ 100 ਰੁਪਏ ਮਹੀਨਾ ਕੋਈ 200 ਰੁਪਏ ਮਹੀਨਾ ਕਰਕੇ ਡੋਨੇਟ ਕਰਦੇ ਵੀ ਹੈਵ ਆ ਰਾਈਟ ਨਾਉ 100 ਮੈਂਬਰ ਹੈ ਸਾਡੇ ਰੈਗੂਲਰ ਜੋ 100 ਰੁਪਏ ਮਹੀਨਾ ਕਰਕੇ ਡੋਨੇਟ ਕਰ ਦੇਗੇ ਉਸ ਤੋਂ ਚਲਾਉਂਦੇ ਹਾਂ ਬਾਕੀ ਅਦਰ ਡੋਨੇਸ਼ਨ ਗਵਰਨਮੈਂਟਸ ਅਸਥਾ ਤੋਂ ਬਾਕੀ ਜਗ੍ਹਾ ਤੋਂ ਆਂਦਾ ਹੈ ਜੀ ਬਾਕੀ ਵੀਰਾਂ ਕੋਲ ਬੇਨਤੀ ਕੀਤੀ ਜਾਂਦੀ ਉਹ ਜਰੂਰ ਡੋਨੇਸ਼ਨ ਕਰਦੇ ਆ ਕਿਸੇ ਦਾ ਇਲਾਜ ਹੋ ਉਹ ਡੋਨੇਸ਼ਨ ਹੁੰਦਾ ਹੈ ਤੁਹਾਡੇ ਕੋਲ 80 ਐਕਟ ਵੀ ਹੈਗਾ ਇਹ ਵੱਡੀ ਗੱਲ ਹੈ ਜਿਹੜੇ ਵੀਰ ਵੀਡੀਓ ਦੇਖ ਰਹੇ ਨੇ ਇਹ ਸੰਸਥਾਵਾਂ ਕੋਲ ਬਹੁਤ ਘੱਟ ਸੰਸਥਾਵਾਂ ਕੋਲ 80 ਐਕਟ ਹੁੰਦਾ ਹੈ ਟੈਕਸ ਰਿਬੇਟ ਜਿਹੜਾ 80 ਜੀ 80 ਜੀ ਜਿਹੜਾ ਹਾਂਜੀ ਹਾਂਜੀ 80 80 ਜੀ ਜਿਹੜਾ ਟੈਕਸ ਰਿਬੇਟ ਮਿਲਦਾ ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਅਕਾਊਂਟ ਦੀ ਡਿਟੇਲ ਤੁਹਾਡੀ ਮੈਂ ਜਰੂਰ ਇਸ ਵੀਡੀਓ 'ਚ ਦੇਵਾਂਗਾ ਸਕੈਨਰ ਵੀ ਦੇਵਾਂਗਾ ਤਾਂ ਜੋ ਇਦਾਂ ਦੀਆਂ ਸੰਸਥਾਵਾਂ ਨੂੰ ਦਾਨ ਦਿੱਤਾ ਸਫਲ ਹੈ ਤੇ ਵੀਰ ਆਪ ਜੀ ਜੀ ਹੋਰ ਕੋਈ ਵਿਸ਼ੇਸ਼ ਗੱ ਯੋ ਬੇ ਤੇ ਤੁਸੀਂ ਕੁਝ ਦੱਸਣਾ ਚਾਹੋ ਸੰਗਤ ਨੂੰ ਵੀ ਨਹੀਂ ਵੈਸੇ ਤੁਸੀਂ ਸਾਰਾ ਕਵਰ ਕਰ ਲਿੱਤਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਔਰ ਅੱਗੇ ਵਧੀਏ ਅਜੇ ਸਾਡੇ ਕੋਲ ਲਿਮਟਿਡ ਅਸੀਂ ਕਵਰਿੰਗ ਹੋ ਰਹੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਮੀਡੀਆ ਦੇ ਅੰਦਰ ਜਾ ਕੇ ਔਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ ਸੇਵਾਵਾਂ ਵਧਾ ਰਹੇ ਹਫਤੇ 10 ਦਿਨ ਬਾਅਦ ਸਾਡੇ ਕੋਲ ਲੇਜ਼ਰ ਮਸ਼ੀਨ ਆਣ ਵਾਲੀ ਡੈਂਟਲ ਦੀ ਬੋਪਾਲ ਵਿੱਚ ਜੋ ਚਾਰ ਹੀ ਮਸ਼ੀਨ ਲੱਗੀ ਹੋਈਆਂ ਅਜੇ ਤੱਕ ਅਸੀਂ 5th ਮਸ਼ੀਨ ਲਾਂਚ ਕਰਨ ਜਾ ਰਹੇ ਹਾਂ ਲੇਜ਼ਰ ਨਾਲ ਡੈਂਟਲ ਟ੍ਰੀਟਮੈਂਟ ਸ਼ੁਰੂ ਕਰਾਂਗੇ ਉਹ ਮਸ਼ੀਨ ਇਨ ਗoing ਆਰਡਰ ਹੋ ਚੁੱਕਿਆ ਹੈ ਮੇਰੇ ਕੋਲ ਹਫਤੇ ਬਾਅਦ ਉਹ ਮਸ਼ੀਨ ਕਿੰਨੇ ਕ ਦੀ ਹੋਏਗੀ ਉਹ ਮਸ਼ੀਨ ਹੈ ਜੀ 5 ਲੱਖ 3000 5 5 ਲਗਦੀ ਮਸ਼ੀਨ ਹੈ ਉਹ ਅਸੀਂ ਇਧਰ ਸ਼ੁਰੂ ਕਰਾਂਗੇ ਉਸੇ ਪੇਨ ਨਹੀਂ ਹੁੰਦਾ ਜਦ ਵੀ ਟ੍ਰੀਟਮੈਂਟ ਕਰਦੇ ਆ ਪੇਨ ਬਲੱਡ ਜੋ ਨਿਕਲਦਾ ਉਹ ਚੀਜ਼ ਨਹੀਂ ਨਿਕਲਦੀ ਉਹਦੇ ਨਾਲ ਤੇ ਮੇਰੇ ਨਾਲ ਵੀ ਜਸਵਿੰਦਰ ਸਿੰਘ ਜੀ ਖੜੇ ਨੇ ਤੁਸੀਂ ਮੈਨੂੰ ਇੱਥੇ ਲੈ ਕੇ ਆਏ ਦੱਸਿਆ ਤੇ ਮੈਨੂੰ ਬੜਾ ਅੱਛਾ ਲੱਗਾ ਤੇ ਤੁਸੀਂ ਕੀ ਸੋਚਦੇ ਹੋ ਇਹ ਸੰਸਥਾ ਬਾਰੇ ਕੀ ਕਰਨਾ ਚਾਹੋ ਦੋ ਸ਼ਬਦ ਤੁਹਾਡੇ ਮੂੰਹ ਸੁਣਨਾ ਚਾਹੁੰਨਾ ਮੈਂ ਮੈਂ ਤਾਂ ਅਸੀਂ ਕਹਣਾ ਵੀਰ ਜੀ ਕਿ ਗਰਾਊਂਡ ਲੈਵਲ ਦਾ ਕੰਮ ਹੈਗਾ ਤੇ ਤੁਹਾਨੂੰ ਬੁਲਾਉਣ ਦਾ ਮੇਰਾ ਮਕਸਦ ਵੀ ਇਹੀ ਸੀਗਾ ਕਿ ਚਲੋ ਜੋ ਤੁਸੀਂ ਇੱਥੋਂ ਪਾ ਵੀਡੀਓ ਪਾਓਗੇ ਘਰ ਤੋਂ ਘਰ ਲੋਕਾਂ ਤੱਕ ਜਾਏਗੀ ਮੈਸੇਜ ਜਾਏਗਾ ਕਿ ਐਕਚੁਅਲ ਵਿੱਚ ਕੰਮ ਕੀ ਹੋਣਾ ਚਾਹੀਦਾ ਤੇ ਕੰਮ ਕੀ ਕਰਦੇ ਪਏ ਆ ਜੀ ਮੇਨ ਮਕਸਦ ਇਹ ਸੀਗਾ ਕਿ ਇਹ ਚੀਜ਼ ਨੂੰ ਹੋਰ ਅੱਗੇ ਦਿਖਾਇਆ ਜਾਵੇ ਜੀ ਸੋ ਇਹ ਵੀਰ ਜੀ ਸਿੰਘ ਸੁਭਾਵਾਂ ਦੀ ਜਿਹੜੀ ਆ ਜਿਹੜਾ ਵੀ ਕੰਮ ਐਮਪੀ ਦੇ ਵਿੱਚ ਸਿੰਘ ਸੁਭਾਵਾਂ ਦਾ ਚੱਲਦਾ ਵੀ ਮੇਰੇ ਖਿਆਲੋਂ ਮੋਨੂ ਪਾਟਿਆ ਜੀ ਉਸ ਦੇ ਸੰਸਥਾ ਦੇ ਪ੍ਰਧਾਨ ਨੇ ਇਸ ਟਾਈਮ ਤੇ ਉਹਨਾਂ ਦੇ ਨਾਲ ਇਹ ਉਹਨਾਂ ਦੀ ਟੀਮ ਦੇ ਵਿੱਚ ਵੀ ਜਸਵਿੰਦਰ ਸਿੰਘ ਜੀ ਵਰਕ ਕਰਦੇ ਨੇ ਔਰ ਮੈਂ ਪੀ ਸ਼ਟ ਕਰਦਾ ਇਦਾਂ ਦੇ ਭਰਾਵਾਂ ਨੂੰ ਵੀ ਇਦਾਂ ਵੱਧ ਤੋਂ ਵੱਧ ਆਪਾਂ ਇਹੀ ਕੰਮ ਕਰੀਏ ਜਿਸ ਨਾਲ ਸਾਡੇ ਸਮਾਜ ਨੂੰ ਦੇਖਣਾ ਔਰ ਪਪਾਲ ਦੇ ਵਿੱਚ ਐਮਪੀ ਦੇ ਵਿੱਚ ਸਾਡੀ ਕਮਿਊਨਿਟੀ ਦਾ ਸਿਰ ਉੱਚਾ ਕਰਨ ਵਾਲੀ ਇਹ ਇੱਕ ਵਿਲੱਖਣ ਸੰਸਥਾ ਹੈ ਜੋ ਗੁਰੂ ਨਾਨਕ ਪਾਸ਼ਾ ਦੇ ਨਾਮ ਤੇ ਬਣਾਈ ਗਈ ਹੈ ਮੈਂ ਦਿਲੋਂ ਅਰਦਾਸ ਕਰਾਂਗਾ ਇਸ ਟੀਮ ਦੇ ਮੈਨੇਜਮੈਂਟ ਦੇ ਵਾਸਤੇ ਮੇਰੇ ਦਿਲੋਂ ਦਿਲੋਂ ਅਰਦਾਸ ਹੈ ਔਰ ਜਿੱਥੇ ਵੀ ਜਾਵਾਂਗੇ ਗੁਰ ਅਸੀਂ ਹਜੂਰ ਸਾਹਿਬ ਚੱਲੇ ਆ ਤੇ ਉੱਥੇ ਵੀ ਸਪੈਸ਼ਲ ਅਸੀਂ ਸਿੰਘ ਸਾਹਿਬ ਤੋਂ ਅਰਦਾਸ ਸੰਸਥਾ ਦੇ ਨਾਮ ਦੀ ਕਰਾਵਾਂਗੇ ਵੀ ਇਹ ਸੰਸਥਾ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਇਦਾਂ ਹੀ ਸਾਡੀ ਕੌਮ ਦਾ ਤੇ ਸਾਡੀ ਇਹ ਦਸਤਾੜ ਜਿਹੜੀ ਹੈ ਇਹ ਕੌਮ ਤੇ ਉੱਚੀ ਹੁੰਦੀ ਰਹੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ